ਅਸੀਂ ਅੱਜ ਪਹੁੰਚੇ ਹਾਂ ਪਿੰਡ ਨਾਗੋਕੇ ਜ਼ਿਲ੍ਹਾ ਤਰਨ ਤਾਰਨ ਵਿੱਚ, ਜਿਹਦੇ ਵਿੱਚ ਫੌਜੀ ਰਿਟਾਇਰ ਹੋਏ ਨੂੰ ਬੰਦਾ ਜਿਹੜਾ ਦੇਸ਼ ਦੀ ਸੇਵਾ ਕਰਦਾ ਹੈ ਉਹਨੂੰ ਜਾਣ ਬੁੱਝ ਕੇ ਹੀ ਨਾਗਲੇ ਗਵਾਂਢੀ ਪਰੇਸ਼ਾਨ ਅਤੇ ਮਾਰ ਕੁਟਾਈ ਅਤੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ। ਪਰ ਹਜੇ ਤੱਕ ਪੁਲਿਸ ਨੇ ਕਿਸੇ ਨੇ ਸੁਣਵਾਈ ਨਹੀਂ ਕੀਤੀ। ਫੌਜੀ ਸਾਹਿਬ, ਰਾਸ਼ਟਰਪਤੀ, ਮੁੱਖ ਮੰਤਰੀ, CM ਸਾਹਿਬ ਦੇ ਵੀ ਪੇਸ਼ ਹੋ ਚੁੱਕੇ ਹਜੇ ਤੱਕ ਉਸ ਫੌਜੀ ਦੀ ਕੋਈ ਵੀ ਮਦਦ ਨਹੀਂ ਹੋ ਰਹੀ ਜੋ ਦੇਸ਼ ਦਾ ਇੱਕ ਸਿਪਾਹੀ। ਅੱਜ ਕੱਲ੍ਹ ਇਹਨਾਂ ਫੌਜੀਆਂ ਨਾਲ ਕੁਝ ਹੋ ਰਿਹਾ ਅਤੇ ਆਮ ਜਨਤਾ ਨਾਲ ਕੀ ਹੁੰਦਾ, ਆਪਾਂ ਗੱਲ ਕਰਦੇ ਉਹਨਾਂ ਦੀ ਪਤਨੀ ਨਾਲ ਜੋ ਵੀ ਗੱਲ। ਹਾਂਜੀ, ਪਰਵਿੰਦਰ ਕੌਰ। ਹਾਂਜੀ, ਕੀ ਹੋਇਆ ਮਸਲਾ ਜੀ? ਮਸਲਾ ਕੋਈ ਨਹੀਂ ਗਾ, ਬਸ ਇਹੀ ਆ ਕਿ ਲਾਗੇ ਗੁਆਂਢੀ ਆ ਸੁਰਜੀਤ ਸਿੰਘ ਜੀ, ਇਹ ਮਤਲਬ ਕਿ ਵੋਟਾਂ ਵਿੱਚ ਖੜ੍ਹੇ ਹੋਏ ਸੀ ਅਤੇ ਇਹ ਕਹਿੰਦੇ ਵੀ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ, ਇਹੀ ਰੰਜਿਸ਼ ਲੈ ਕੇ ਆ, ਮਤਲਬ ਕਿ ਸਾਡੇ ਨਾਲ ਲੜਾਈ ਝਗੜਾ ਅਤੇ ਕੁੱਟਮਕਾਰ ਅਤੇ ਮਤਲਬ ਕਿ ਥਾਣੋ ਥਾਣੀ ਗੱਲ ਹੋਈ ਆ, ਪਰ ਪੁਲਿਸ ਸਾਡੀ ਕੋਈ ਵੀ ਕਾਰਵਾਈ। ਤੁਸੀਂ ਕਿੱਥੇ ਕਿੱਥੇ ਕਾਰਵਾਈ ਕੀਤੀ? ਅਸੀਂ ਥਾਣਾ ਗੈਰੋਵਾਲ ਵੀ ਦਰਖਾਸਤਾਂ ਦਿੱਤੀਆਂ ਅਤੇ ਜਿੱਦਣ ਹੁਣ ਲੜਾਈ ਹੋਣ ਤੋਂ ਪਹਿਲਾਂ ਇਹ 20 ਤਰੀਕ ਨੂੰ 7 ਨੂੰ ਥਾਣਾ ਗੈਰੋਵਾਲ ਵੀ ਦਰਖਾਸਤ ਦੇ ਕੇ ਆਏ ਹਾਂ, ਪਰ ਕੋਈ ਕਾਰਵਾਈ ਨਹੀਂ ਹੋਏਗੀ। 24 ਤਰੀਕ ਨੂੰ ਅਸੀਂ ਥਾਣਾ SSP ਸਾਹਿਬ ਦੇ ਤਰਨ ਤਾਰਨ ਦੇ ਕੇ ਆਏ ਦਰਖਾਸਤ ਅਤੇ ਉਹਨਾਂ ਨੂੰ ਦੱਸਿਆ ਵੀ ਸਾਡਾ ਰਸਤਾ ਘੇਰਦੇ ਆ ਅਤੇ ਤਰ ਹਥਿਆਰਾਂ ਨਾਲ ਦਾਤਰ ਕਿਰਪਾਨਾਂ ਲੈ ਕੇ ਅਸੀਂ ਉਹਨਾਂ ਨੂੰ ਦਰਖਾਸਤ ਵੀ ਦੇ ਕੇ ਹਾਂ, ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਉਹਦੀ ਬੈਰੋਵਾਲ ਥਾਣੇ 'ਚ ਦਰਖਾਸਤ, ਪਰ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ। ਹਾਲਾਂਕਿ ਪੁਲਿਸ ਰਣਜੀਤ SI ਰਣਜੀਤ ਸਿੰਘ ਨਾਲ ਰਲਿਆ ਹੋਇਆ ਆ। ਅਸੀਂ ਜਿੰਨੀਆਂ ਵੀ ਦਰਖਾਸਤਾਂ ਦੇ ਚੁੱਕੇ ਹਾਂ, ਕੋਈ ਵੀ ਕਾਰਵਾਈ ਨਹੀਂ ਹੁੰਦੀ। ਇਸ ਤੋਂ ਬਾਅਦ ਪਰਚਾ ਦਰਜ ਨਹੀਂ ਹੋਇਆ। 24 ਤਰੀਕ ਨੂੰ ਲੜਾਈ ਹੋਈ ਆ ਅਤੇ ਮੇਰਾ ਘਰ ਵਾਲਾ ਇੱਥੋਂ ਤਰਨ ਤਾਰਨ ਨੂੰ ਦਰਖਾਸਤ ਦੇ ਕੇ ਆਏ ਆ ਅਤੇ ਘਰ ਦਾ ਸਮਾਨ ਲੈਣ ਵਾਸਤੇ ਅਤੇ ਨਾਲੇ ਦਾੜੀ ਦੀ ਸੈਟਿੰਗ ਕਰਾਉਣ ਵਾਸਤੇ ਮੇਨ ਬਾਜ਼ਾਰ ਵੱਲ ਗਏ ਆ ਅਤੇ ਇਹਨਾਂ ਵਿਰੋਧੀ ਧਿਰਾਂ ਨੇ ਰਸਤੇ ਵਿੱਚ ਘੇਰ ਕੇ ਹਥਿਆਰਾਂ ਨਾਲ ਕਿਰਪਾਨਾਂ ਦਾਤਰ ਨਾਲ ਸਿਰ 'ਚ ਮਾਰੀਆਂ ਅਤੇ ਲਹੂ ਲਹਾਣ ਹੋਏ ਹੱਲ ਚੁੱਕ ਕੇ ਘਰ ਲੈ ਕੇ ਆਉਂਦਾ। ਪੁਲਿਸ ਕੋਲ ਮੌਕੇ 'ਤੇ ਵੇਖ ਕੇ ਗਈ ਨੂੰ ਜਦੋਂ ਮੇਰਾ ਘਰ ਵਾਲਾ ਤਰਨ ਤਾਰਨ SSP ਦੇ ਦਰਖਾਸਤ ਦੇ ਕੇ ਆਇਆ, 2:30-3 ਵਜੇ ਦਾ ਟਾਈਮ ਸੀ, ਉਹ ਦਾੜੀ ਦੀ ਸੈਟਿੰਗ ਕਰਾਉਣ ਵਾਸਤੇ ਬਾਜ਼ਾਰ ਵੱਲ ਗਿਆ ਅਤੇ ਰਸਤੇ ਵਿੱਚ ਵਿਰੋਧੀ ਧਿਰਾਂ ਨੇ ਕਿਰਪਾਨਾਂ ਦੇ ਦਾਤਰਾਂ ਨਾਲ ਵਾਰ ਕੀਤੇ ਅਤੇ ਉਹਨਾਂ ਨੂੰ ਘਰ ਜਦੋਂ ਚੁੱਕ ਕੇ ਖੂਨ ਬੇਹੋਸ਼ੀ ਦੀ ਹਾਲਤ ਵਿੱਚ ਲੈ ਆਉਂਦਾ ਅਤੇ ਮੌਕੇ 'ਤੇ ਪੁਲਿਸ ਬੈਰੋਵਾਲ ASI ਰਣਜੀਤ ਸਿੰਘ ਖੁਦ ਵੇਖ ਕੇ ਗਏ ਆ ਅਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਦਰਖਾਸਤਾਂ ਵੀ ਦੇ ਚੁੱਕੇ ਹਾਂ, ਪਰ ਕੋਈ ਵੀ ਸਾਡੀ ਕਾਰਵਾਈ ਨਹੀਂ ਹੋਏਗੀ। ਹਾਲਾਂਕਿ ਪੁਲਿਸ ਨਾਲ ਮਿਲੀ ਹੋਈ ਆ ਅਤੇ ਮੈਨੂੰ ਲੱਗਦਾ ਵੀ ਇਹਨਾਂ ਨੇ ਪੁਲਿਸ ਨੇ ਪੈਸੇ ਵੀ ਲਏ ਆ ਜਾਂ ਇਹਨਾਂ ਨੂੰ 86 ਦਬਾਅ ਹੈਗਾ ਜਿਹੜਾ ਇਹ ਸਾਡਾ ਪਰਚਾ ਦਰਜਾ ਨਹੀਂ ਕਰ ਰਹੇ। ਅੱਜ ਮਹੀਨਾ ਹੋ ਗਿਆ, ਮਹੀਨੇ ਤੋਂ 2 ਦਿਨ ਉੱਪਰ ਹੋ ਗਿਆ, ਸਾਡਾ ਪਰਚਾ ਦਰਜ ਨਹੀਂ ਹੋ ਰਿਹਾ ਗਾ। ਅਸੀਂ ਤਾਂ ਤਾਂ ਤੇ ਧੱਕੇ ਖਾ ਰਹੇ ਹਾਂ। ਪ੍ਰਸ਼ਾਸਨ ਕੋਲ ਕੀ, ਪੰਜਾਬ ਸਰਕਾਰ ਕੀ ਮੰਗ ਕਰਨਾ ਚਾਹੁੰਦੇ? ਮੈਂ ਮੰਗ ਇਹ ਕਰਦੀ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਜਿਹੜੇ ਝੂਠਾ ਪਰਚਾ ਕੀਤਾ ਹੈ ਉਹ ਰੱਦ ਕੀਤਾ ਜਾਵੇ, ਖਾਰਜ ਕੀਤਾ ਜਾਵੇ ਤੇ ਸਾਡਾ ਪਰਚਾ ਦਰਜ ਕੀਤਾ ਜਾਵੇ। ਕਰਦੇ ਬੰਦ ਕਰਦੇ ਬੰਦ ਕਰ ਲੈ ਗਿਆ।
ਕੈਂਡੀਡੇਟ ਸੀ। ਆਪਣੇ ਧਿਆਨ ਰਣਜੀਤ ਸਿੰਘ ਇਸੇ ਥਾਣਾ ਮਰਵਾਲ ਮੈਂ ਲੱਗਾ ਹੋਇਆ। ਹਾਂਜੀ ਜੀ ਬੋਲੋ ਜੀ, ਜੋ ਕੇਸ ਤੁਹਾਡੇ ਆ ਤਾਂ ਉਹਦੇ ਬਾਰੇ। ਹਾਂਜੀ, ਇਹ ਕਵਲਜੀਤ ਸਿੰਘ ਫੌਜੀ ਅਤੇ ਹਰਪਾਲ ਸਿੰਘ ਸਾਨੂੰ ਹਰਜੀਤ ਸਿੰਘ ਪਿੰਡ ਨਾਗੋਕੇ, ਇਹਨਾਂ ਦਾ ਆਪਸ ਵਿੱਚ ਮਿਤੀ 24/7/19 ਨੂੰ ਝਗੜਾ ਹੋਇਆ ਸੀਗਾ ਜੀ। ਇਹਦੇ ਸੰਬੰਧ ਵਿੱਚ ਹਰਪਾਲ ਸਿੰਘ ਮਦਈ ਪਾਰਟੀ ਵੱਲੋਂ ਕਵਲਜੀਤ ਸਿੰਘ ਫੌਜੀ ਵਗੈਰਾ ਦੇ ਖਿਲਾਫ ਜਿਹੜਾ ਵਾ 326/323/506/549 ਦਾ ਪਰਚਾ ਆਲਰੇਡੀ ਦਰਜ ਹੋ ਚੁੱਕਾ ਜੀ। ਅਤੇ ਇੱਕ MLR ਜਿਹੜੀ ਆ ਉਹ ਕਵਲਜੀਤ ਸਿੰਘ ਫੌਜੀ ਵੱਲੋਂ ਵੀ ਸਾਨੂੰ ਵਸੂਲ ਹੋਈ ਸੀ, ਜਿਸ ਵਿੱਚ 323 ਦਾ ਨਤੀਜਾ ਆਇਆ ਸੀਗਾ ਜੀ। ਉਹਦੀ ਰਿਪਟ ਦਰਜ ਮਿਤੀ ਨੂੰ ਹੋ ਚੁੱਕੀ ਹੈ ਜੀ। ਅਤੇ ਅਗਲੇ ਜਿਹੜੀ ਆ ਐਕਸਰੇ ਰਿਪੋਰਟ ਜਿਹੜੀ ਉਹਨਾਂ ਦੀ ਸਾਨੂੰ ਵਸੂਲ ਹੋ ਚੁੱਕੀ ਹੈ। ਅਤੇ ਜਦੋਂ ਵੀ ਕੋਈ ਆਣ ਕੇ ਸਾਨੂੰ ਬਿਆਨ ਲਿਖਾਉਂਦੇ ਆ ਜੀ, ਅਤੇ ਉਹਦੀ ਅਗਲੀ ਜਿਹੜੀ ਕਾਰਵਾਈ ਆ ਮੁਕੱਦਮਾ ਕ੍ਰੋਸ ਕਰਨ ਦੀ ਉਹ ਜਲਦੀ ਤੋਂ ਜਲਦੀ ਅਮਲ ਵਿੱਚ ਲਿਆਂਦੀ ਜਾਵੇ। ਬਿਲਕੁਲ ਜੀ, ਜੋ ਜੋ ਸਾਡੇ ਕੋਲ MLR ਵਗੈਰਾ ਡਿਊਟੀ ਨਤੀਜੇ ਜੋ ਵੀ ਆਏ ਆ ਉਹਦੇ ਮੁਤਾਬਕ ਜਿਹੜੀ ਕਾਰਵਾਈ ਅਸੀਂ ਬਿਲਕੁਲ ਅਮਲ ਵਿੱਚ ਲਿਆਂਦੀ ਹੈ।